ਜਿੰਨੇ ਜਿੰਨੇ ਤੁਹਾਡੇ ਵਾਂਗੂ ਨਜ਼ਾਰਾ ਲੈਣਾ ਜਲਦੀ ਆ ਜਾਓ ਬਾਰਿਸ਼ 'ਚ। ਬਾਰਿਸ਼ ਆਉਣ ਦੇ ਕਾਰਨ ਸਾਰੇ ਰੁਕ ਗਏ ਆ, ਕੋਈ ਨਹੀਂ ਜਾ ਰਿਹਾ। ਤੋਰਨ ਦਰਬਾਰ ਦੇ ਬਿਲਕੁਲ ਨੇੜੇ ਸੀ ਅਸੀਂ, ਬਟ ਬਾਰਿਸ਼ ਇੰਨੀ ਕੁ ਜ਼ਿਆਦਾ ਤੇਜ਼ ਹੋ ਗਈ ਅਤੇ ਇੱਧਰ ਪਾਪਾ ਵੇਖੋ ਨਜ਼ਾਰੇ ਲੈ ਰਹੇ ਆ ਬਾਰਿਸ਼ ਦਾ। ਸੋ ਇੰਨਾ ਗੰਦਾ ਪਾਣੀ ਹੈਗਾ ਨਾ, ਗਟਰ ਦਾ ਪਾਣੀ ਹੈਗਾ, ਹੁਣ ਪਤਾ ਨਹੀਂ ਇਹਨਾਂ ਨੇ ਗਟਰ ਨਹੀਂ। ਸੋ ਹੇ ਗਾਇਜ਼, ਵੈਲਕਮ ਟੂ ਮਾਈ ਨਿਊ ਵਲੋਗ। ਅੱਜ ਦੇ ਦਿਨ ਸ਼ੁਰੂਆਤ ਨਵੇਂ ਵਲੋਗ ਨਾਲ ਕਰਨ ਲੱਗੇ ਹਾਂ। ਅੱਜ ਹੈਗਾ ਸਾਡਾ ਤੀਸਰਾ ਦਿਨ ਸਾਡੇ ਸ਼ਾਮ 'ਚ, ਅਤੇ ਫਿਲਹਾਲ ਆਪਾਂ ਕਰਨ ਚੱਲੇ ਹਾਂ ਨਾਸ਼ਤਾ ਵਗੈਰਾ, ਅਤੇ ਟਾਈਮ 9:30 ਅੱਜ 10 ਵੱਜਣ ਵਾਲੇ ਆ ਟੋਟਲ। ਅੱਜ ਮੈਂ ਲੇਟ ਉੱਠਿਆ, ਅਤੇ ਬਾਕੀ ਚੱਲਦੇ ਹਾਂ ਨਾਸ਼ਤਾ ਵਗੈਰਾ ਕਰਨ, ਫਿਰ ਮਿਲਦੇ ਹਾਂ ਤੁਹਾਡੇ ਨਾਲ। ਪੀਣ ਲੱਗੇ ਅਸੀਂ ਦੁੱਧ, ਅਤੇ ਦੁੱਧ ਪੀਂਦੇ ਹਾਂ, ਬਾਕੀ ਪਰੌਂਠਾ ਵਗੈਰਾ ਕੁਛ ਨਹੀਂ ਕਰਾਇਆ, ਉਹ ਬਾਹਰ ਜਾ ਕੇ ਦੇਖਦੇ ਹਾਂ। ਫਿਲਹਾਲ ਆਪਾਂ ਦੁੱਧ ਹੀ ਪੀਵਾਂਗੇ, ਅਤੇ ਬਾਕੀ ਮਿਲਦੇ ਆ। ਸੋ ਪ੍ਰਸ਼ਾਦ ਵਗੈਰਾ ਬਾਏ ਕਰ ਲਿਆ ਆਪਾਂ, ਅਤੇ ਹੁਣ ਚਲੀਏ ਦੁਬਾਰਾ ਮੰਦਿਰ ਦਰਸ਼ਨ ਕਰੀ। ਅੱਜ ਰਸ਼ ਵੀ ਜ਼ਿਆਦਾ ਹੈਗਾ ਕਿਉਂਕਿ ਸੈਟਰਡੇ ਸੰਡੇ ਆ ਗਿਆ ਆ, ਹੁਣ ਕੱਲ੍ਹ ਸੈਟਰਡੇ ਆ, ਕੱਲ੍ਹ ਸੰਡੇ ਆ, ਪਰਸੋਂ ਸੰਡੇ ਆ, ਫਿਰ ਇਸ ਕਰਕੇ ਥੋੜ੍ਹਾ ਜਿਹਾ ਰਸ਼ ਵਧੀ ਜਾ ਰਿਹਾ ਹੌਲੀ ਹੌਲੀ। ਅੱਜ ਤਾਂ ਰਸ਼ ਵੀ ਬਹੁਤ ਜ਼ਿਆਦਾ, ਲਾਈਨ ਹੀ ਬਾਹਰ ਤੱਕ ਹੈ। ਔਰ ਦੇਖੋ ਅਤੇ ਹਵਾ ਵੀ ਬੜੀ ਤੇਜ਼ ਆ। ਸੋ ਲਾਈਨ ਦੇ ਅੰਦਰ ਆਪਾਂ ਲੱਗ ਚੁੱਕੇ ਹਾਂ, ਛੋਟਾ ਜਨ ਬਾਬਾ ਜੀ ਦੇ ਕਰੋ ਦਰਸ਼ਨ। ਦਰਸ਼ਨ ਕਰਦੇ ਜੀ, ਫਿਲਹਾਲ ਬਾਹਰ ਆ ਗਏ ਨਾ, ਬਹੁਤ ਹੀ ਜ਼ਿਆਦਾ ਦਰਸ਼ਨ ਹੋਏ, ਅਤੇ ਪਹਿਲੀ ਦੂਜੀ ਲਾਈਨ 'ਚ ਸੀ ਆਪਾਂ, ਅਤੇ ਬਾਕੀ ਹੁਣ ਮਾਰਕੀਟ ਫਿਰਦੇ ਹਾਂ। ਅੱਜ ਸਾਰਾ ਸਮਾਨ ਕਲੈਕਟ ਕਰ ਲੈਣਾ ਆਪਾਂ, ਜੋ ਜੋ ਵੀ ਲੈਣਾ। ਅਤੇ ਕੱਲ੍ਹ ਰਾਤ ਵੀ ਹੈਗੀ ਸਾਡੀ, ਬਟ ਰੂਮ ਆਪਾਂ ਕੱਲ੍ਹ ਦੁਪਹਿਰ ਤੱਕ ਖਾਲੀ ਕਰਨਾ, 12 ਵਜੇ ਤੱਕ, ਬਾਕੀ ਦੇਖਦੇ ਹਾਂ ਮਿਲਦਾ ਥੋੜ੍ਹੀ ਦੇਰ ਤੱਕ। ਸੋ ਲੇਟੇ ਸੀ ਅਸੀਂ, ਅਤੇ ਲਾਈਟ ਚਲੀ ਗਈ ਅਚਾਨਕ, ਅਤੇ ਬਾਰਿਸ਼ ਕਹਿੰਦੇ ਬਹੁਤ ਦੇਰ ਲੱਗ ਗਈ ਹੈ। ਦਿਖਾਉਂਦਾ ਤੁਹਾਨੂੰ ਮੈਂ, ਦੇਖੋ ਬਹੁਤ। ਸੋ ਬਾਰਿਸ਼ ਵਾਧੂ ਤੇਜ਼ ਹੋ ਗਈ ਇੱਥੇ, ਬੱਦਲ ਚੈੱਕ ਕਰੋ ਉੱਪਰ, ਤੁਹਾਨੂੰ ਉੱਤੇ ਪਤਾ ਲੱਗ ਜਾਏਗਾ। ਸੋ ਫਿਲਹਾਲ ਅਸੀਂ ਆ ਗਏ ਸੀਗੇ ਬਾਹਰ, ਬਾਰਿਸ਼ ਦਾ ਮੌਸਮ ਠੰਡਾ ਵੇਖਣ ਵਾਸਤੇ, ਅਤੇ ਨਾਲੇ ਮੰਮੀ ਕਹਿੰਦੇ ਚਾਹ ਪੀਣੀ ਆ, ਇਹਨਾਂ ਨੂੰ ਪਿਲਾਉਂਦੇ ਹਾਂ ਚਾਹ, ਅਤੇ ਫਿਰ ਚੱਲਦੇ ਆਪਾਂ ਅੱਗੇ। ਬਾਕੀ ਇਹ ਵੀ ਮਕਾਨ ਵਗੈਰਾ ਡੈਡੀ ਸ਼ੈਡੀ ਹੋ ਰਹੇ, ਬਾਕੀ ਦੇਖੋ ਬੱਦਲ ਤੇ ਆ ਜਾਵੇ ਤੇ ਮੈਂ ਕਹਿੰਦਾ ਬਾਰਿਸ਼ ਬਹੁਤ ਵਧੀਆ, ਵੱਡਾ ਨਹੀਂ ਰਹੀ ਯਾਰ। ਸੋ ਚਾਹ ਵਗੈਰਾ ਆ ਗਈ ਹੈ, ਅਤੇ ਚਾਹ ਪੀ ਰਹੇ ਆਪਾਂ ਹੁਣ, ਬਾਕੀ ਚਾਹ ਚੂ ਪੀਏ, ਮੰਮੀ ਵੀ ਪੀ ਰਹੀ। ਪਿਛਲੀ ਵਾਰੀ ਅਸੀਂ ਉੱਧਰ ਰੁਕੇ ਸੀਗੇ ਹੈਦਰਾਬਾਦ ਵਾਲੀ, ਹੈ ਨਾ, ਇਸ ਵਾਰ ਇੱਥੇ ਇੱਥੋਂ ਚਾਹ ਪੀਤੀ ਸੀ ਭਾਈ ਕੋਲ, ਭਾਈ ਕੋਲ ਮੈਗੀ ਸ਼ੂਗੀ ਬਣਵਾਈ ਸੀ ਆਪਾਂ, ਅਤੇ ਹੁਣ ਕੁੱਲੜ ਵਾਲੀ ਚਾਹ ਪੀ ਰਹੇ ਹਾਂ। ਹੁਣੇ ਹੁਣੇ ਅਸੀਂ ਅੰਮ੍ਰਿਤਸਰ ਫੋਨ ਕੀਤਾ,
ਚੌਥੇ ਦੇ ਨੰਬਰ ਚ ਡੈਡੀ ਕਿੰਨਾ ਗਾ ਸੀ 48 ਤੇ ਜਦੋਂ ਅਸੀਂ ਇਹ ਮਤਲਬ ਕਿ ਰਾਜਸਥਾਨ ਆਉਣਾ ਸੀ ਨਾ ਉਦੋਂ ਇੱਥੇ ਦਾ ਟੈਂਪਰੇਚਰ ਹੈਗਾ ਸੀ 51 degrees ਅਤੇ ਅੱਜ ਇੱਥੇ ਦਾ ਟੈਂਪਰੇਚਰ ਹੈਗਾ 33 degrees ਤੁਹਾਨੂੰ ਮੈਂ ਫੋਟੋ ਦਿਖਾਉਂਦਾ ਇੱਕ ਮਿੰਟ ਲਾਈਵ ਫਿਰ ਦੇਖੀਓ ਦੇਖੀ ਆਉਣੇ ਦਿਨ ਦੇ ਚੱਕ ਕਰ ਗੱਡੀ ਤੇ ਹੀ ਨਹੀਂ ਰਹੀ ਆਹ ਦੇਖੋ ਖਾਟੂ ਰਾਜਸਥਾਨ 38 degrees Celsius ਬਾਰਿਸ਼ ਇੱਥੇ ਬਟ ਬਾਰਿਸ਼ ਨਹੀਂ ਦਿਖਾਈ ਹੋਈ ਬਟ ਇੱਥੇ ਬਾਰਿਸ਼ ਆ ਤੁਸੀਂ ਦੇਖ ਹੀ ਸਕਦੇ ਜੀ ਇੱਧਰ ਬਾਰਿਸ਼ ਹੈਗੀ ਆ ਹਾਂ ਰਸ਼ ਚੈੱਕ ਕਰੋ ਹੁਣ ਕਿੰਨਾ ਜ਼ਿਆਦਾ ਹੋ ਗਿਆ ਰਸ਼ ਪਬਲਿਕ ਗਾੜੀ ਕਿੱਥੋਂ ਆ ਗਈ ਜਗਦਮ ਬਾਰਿਸ਼ ਆ ਗਈ ਦੁਬਾਰਾ ਦੁਬਾਰਾ ਫਿਰ ਬਾਰਿਸ਼ ਲੱਗ ਗਈ ਬਾਰਿਸ਼ ਦੇਖੋ ਕਿੰਨੀ ਤੇਜ਼ ਆ ਸਾਨੂੰ ਯਾਰ ਵੀਡੀਓ ਕੈਮਰੇ 'ਚ ਨਜ਼ਰ ਨਹੀਂ ਆ ਰਹੀ ਬਟ ਬਾਰਿਸ਼ ਤੇਜ਼ ਹੈਗੀ ਆ ਤੁਹਾਨੂੰ ਮੈਂ ਕਿੱਦਾਂ ਦਿਖਾਵਾਂ ਹੁਣ ਮੈਂ ਇੱਧਰ ਦੇਖੋ ਮੰਮੀ ਮੰਮੀ ਠੰਡ ਲੱਗਣ ਲੱਗ ਗਈ ਆ ਹਵਾ ਵੀ ਬੜੀ ਤੇਜ਼ ਆ ਨਾ ਤੁਹਾਡੇ ਕਰਕੇ ਹੋ ਸਕਦਾ ਸੋ ਲਾਈਨ 'ਚ ਆਪਾਂ ਦੁਬਾਰਾ ਲੱਗ ਚੁੱਕੇ ਹਾਂ ਅਤੇ ਰਸ਼ ਪ੍ਰੋਪਰ ਵੀ ਬਹੁਤ ਜ਼ਿਆਦਾ ਹੈਗਾ ਅੱਜ ਸ਼ਾਇਦ ਸਾਚੜੇ ਸੰਡੇ ਕਰਕੇ ਆ ਅੱਗੋਂ ਦੇਖੋ ਸਾਹਮਣੇ ਬਾਬਾ ਜੀ ਦੇ ਆ ਚਲੋ ਲੋਕੀ ਨਾ ਵਿਚਕਾਰ ਹੀ ਖੜ ਜਾਂਦੇ ਆ ਸੋ ਮੰਦਿਰ ਦੇ ਲਾਗੇ ਪਹੁੰਚ ਚੱਲੇ ਹਾਂ ਹੁਣ ਮੌਸਮ ਯਾਰ ਵਧੀਆ ਹੋ ਗਿਆ ਸ਼ੁਕਰ ਹੈ ਬਾਬਾ ਜੀ ਦਾ ਵਧੀਆ ਹੋ ਗਿਆ ਵੀਡੀਓ ਦਾ ਤਾਂ ਬਹੁਤ ਮੁਸ਼ਕਲ ਲੱਗਦਾ ਪਿਆ ਕਿੰਨੇ ਜਣੇ ਪਹਿਲੇ ਖੜੇ ਆ ਬਾਕੀ ਦੇਖਦੇ ਹਾਂ ਬਾਰਿਸ਼ ਆਉਣ ਦੇ ਕਾਰਨ ਸਾਰੇ ਰੁਕ ਗਏ ਆ ਕੋਈ ਨਹੀਂ ਜਾ ਰਿਹਾ ਨਾ ਕੋਈ ਅੱਗੇ ਨਾ ਕੋਈ ਪਿੱਛੇ ਹੈਨਾ ਬਾਰਿਸ਼ ਆ ਗਈ ਆ ਨਾ ਬਾਰਿਸ਼ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਚਲੋ ਕੋਈ ਨਾ ਜਿਹਨੇ ਜਿਹਨੇ ਸਾਡੇ ਵਾਂਗੂ ਨਜ਼ਾਰਾ ਲੈਣਾ ਹੈ ਜਿੰਨੇ ਜਿੰਨੇ ਸਾਡੇ ਵਾਂਗੂ ਨਜ਼ਾਰਾ ਲੈਣਾ ਜਲਦੀ ਆ ਜਾਓ ਬਾਰਿਸ਼ 'ਚ ਬਾਰਿਸ਼ ਬਹੁਤ ਤੇਜ਼ ਲੱਗੀ ਹੋਈ ਹੈ ਮੰਮੀ ਨੂੰ ਟੈਂਸ਼ਨ ਵੀ ਹਾਲੇ ਮੈਂ ਆਈਫੋਨ ਲੈ ਲਿਆ ਮੰਮੀ ਨੂੰ ਤਾਂ ਵੀ ਟੈਂਸ਼ਨ ਹੈ ਜੀ ਫੋਨ ਨਾ ਗਿੱਲਾ ਹੋ ਜੇ ਅੱਜ ਵਾਟਰਪਰੂਫ ਹੁੰਦਾ ਏ ਦੱਸੋ ਉਹਨਾਂ ਨੂੰ ਦੱਸਦੇ ਹੀ ਨਹੀਂ ਸਮਝਦੇ ਨਹੀਂ ਯਾਰ ਇਹ ਗੱਲ ਸਾਡੀ ਤੋਰਨ ਦਰਬਾਰ ਦੇ ਬਿਲਕੁਲ ਨੇੜੇ ਸੀ ਅਸੀਂ ਬਟ ਬਾਰਿਸ਼ ਇੰਨੀ ਕੁ ਜ਼ਿਆਦਾ ਤੇਜ਼ ਹੋ ਗਈ ਅਤੇ ਇੱਧਰ ਪਾਪਾ ਵੇਖੋ ਨਜ਼ਾਰੇ ਲੈ ਰਹੇ ਆ ਬਾਰਿਸ਼ ਦਾ ਫੁੱਲ ਮੈਂ ਕਿਹਾ ਤੁਸੀਂ ਤਾਂ ਮਜ਼ੇ ਲੈ ਰਹੇ ਹੋ ਹਾਂ ਕਹਿੰਦੇ ਮਨਸੂਰੀ ਦਾ ਨਜ਼ਾਰਾ ਇੱਥੇ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਸੀਗਾ ਕਿ ਰਾਜਸਥਾਨ ਰੇਗਿਸਤਾਨ ਵਾਲੇ ਇਲਾਕੇ 'ਚ ਵੀ ਇੰਨੀ ਬਾਰਿਸ਼ ਹੁੰਦੀ ਹੈ ਹਨਾ ਪਿਛਲੀ ਵਾਰੀ ਅਸੀਂ ਆਏ ਸੀ ਵਾਪਸ ਗਏ ਸੀ ਅਤੇ ਨਾਲ ਹੀ ਇੱਥੇ ਹੜ੍ਹ ਆ ਗਿਆ ਹਾਂ ਦੇਖੋ ਅੱਜ ਇਸ ਵਾਰ ਫਿਰ ਬਾਬੇ ਨੇ ਸਾਡੀ ਸੁਣ ਲਈ
ਤੇ ਮੰਮੀ ਉੱਧਰ ਸਮਾਨ ਵਗੈਰਾ ਲੈ ਰਹੇ ਆ। ਰੁਕਦੀ ਹੈ ਬਾਰਿਸ਼, ਰੁਕਦੀ ਹੈ ਬਾਰਿਸ਼ ਜੀ, ਫਿਰ ਚੱਲਦੇ ਹਾਂ। ਫਿਲਹਾਲ ਤਾਂ ਬਾਰਿਸ਼ ਬਹੁਤ ਤੇਜ਼ ਆ। ਅਸੀਂ ਵੀ ਕੰਪਲੀਟ ਭੇਜ ਚੁੱਕੇ ਹੋਏ ਹਾਂ ਬਾਕੀ ਦੇਖੋ। ਹੋਰ ਮੰਮੀ ਡੈਡੀ ਤੋਂ ਪੈਦਲ ਹੀ ਆਪਾਂ ਜਿਲੇ ਛਿਲੇ ਹੁੰਦੇ ਹੁੰਦੇ ਬਾਰਿਸ਼ 'ਚ ਪਹੁੰਚ ਚੁੱਕੇ ਹਾਂ ਤੁਰਨ ਦੁਆਰ। ਮੰਮੀ ਬੜਾ ਬੋਲੇ ਸਾਨੂੰ ਰਸਤੇ 'ਚ, ਐਵੇਂ ਆਪਾਂ ਕਹਿਣਾ ਨਹੀਂ ਆ ਜੇ ਮੰਮੀ ਨੂੰ ਕਿੰਨਾ ਬੋਲੀ ਆ ਬਹੂ। ਹੁਣ ਮੰਮੀ ਨੇ ਥੋੜ੍ਹੀ ਬੋਲਣਾ, ਹੁਣ ਕੈਮਰਾ ਜੀ ਚੱਲਦਾ ਪਿਆ। ਮੰਮੀ ਕੈਮਰੇ ਅੱਗੇ ਨਹੀਂ ਬੋਲਦੀ, ਗਿੱਲੇ ਹੋਈ ਯਾਰ, ਇੰਜੋਏ ਕਰਨਾ ਹੈ, ਘੁੰਮੋ ਫਿਰੋ, ਗਿੱਲੇ ਹੋਣਾ ਹੈ ਨਾ। ਉਹ ਦੇਖੋ ਤੋਰਿਆ ਤੋਰਨ ਦੁਆਰ, ਫੋਰਨ ਕਹਿੰਦੇ ਸੀ ਇਹਨੂੰ ਪਹਿਲੇ ਸੀ, ਤੇ ਬਾਅਦ ਚ ਕਹਿੰਦੇ ਨਹੀਂ ਤੋਰਨ ਹੈਗਾ, ਤੁਰ ਕੇ ਜਾਣਾ। ਤੇ ਬਾਕੀ ਦੇਖਦੇ ਹਾਂ ਨਜ਼ਾਰਾ, ਫੋਟੋ ਵਗੈਰਾ ਪਿਕ ਵਗੈਰਾ ਦੁਬਾਰਾ ਕਲਿੱਕ ਕਰਦੇ ਹਾਂ, ਮੌਸਮ ਵਧੀਆ ਗਿੱਲੇ ਗਿੱਲੇ 'ਚ, ਫਿਰ ਮਿਲਦੇ ਹਾਂ। ਸੋ ਉੱਧਰ ਵੇਖੋ ਬਾਰੀ ਦੇ ਨਾਲ ਕੀ ਹੁਣ ਕਵਾਂ, ਭੈਣ ਗਡਿੱਗੀ ਗਈ ਦੀ, ਪਾਣੀ ਪਾਣੀ ਇਕੱਠਾ ਹੋ ਗਿਆ ਜੀ ਇੱਥੇ ਦੇ। ਸੋ ਇੰਨਾ ਗੰਦਾ ਪਾਣੀ ਹੈਗਾ ਨਾ, ਗਟਰ ਦਾ ਪਾਣੀ ਹੈਗਾ। ਹੁਣ ਪਤਾ ਨਹੀਂ ਇਹਨਾਂ ਨੇ ਗਟਰ ਨਹੀਂ ਖੋਲ੍ਹਿਆ ਜਾਂ ਕੀ ਦਿੱਕਤ ਹੈ, ਜਾਂ ਸੀਵਰੇਜ ਇਹਨਾਂ ਦੇ ਫੁੱਲ ਗਏ ਆ, ਸੀਵਰੇਜ ਮਾਂ ਫੁੱਲ ਹੋਣੇ ਆ ਨਾ। ਡੈਡੀ ਨੂੰ ਕਹਾਂ ਇੱਧਰੋਂ ਚਲ ਜਾ, ਇੱਧਰੋਂ ਚਲੋ, ਨਹੀਂ ਇੱਧਰੋਂ। ਸੋ ਹੁਣ ਡੈਡੀ ਜੀ ਗਈ ਕਚੋਰੀਆਂ ਲੈਣ, ਅਤੇ ਖਾਂਦੇ ਹਾਂ, ਆਪਾਂ ਤਾਂ ਨਹੀਂ ਖਾਣੀ, ਇਕੱਲੇ ਡੈਡੀ ਨੂੰ ਖਾਣੀ ਹੈ। ਸੋ ਹੁਣ ਆ ਗਈ, ਸੋ ਹੁਣ ਆ ਗਈ ਕੜੀ ਕਚੋਰੀ, ਅਤੇ ਹੁਣ ਖਾਣ ਲੱਗੇ ਕੜੀ ਅਤੇ ਕਚੋਰੀ। ਆਹ ਦੇਖ ਲਓ ਜਿਹੜਾ ਖਾਡੂ ਸ਼ਾਮ ਆ ਕੇ ਕੜੀ ਕਚੋਰੀ ਖਾਵੇ ਉਹਨੇ ਖਾਧਾ ਕੀ ਹੈ, ਤੇ ਮੈਂ ਤੇ ਨਹੀਂ ਖਾਧੀ। ਸਵਾਦ ਕੀ, ਖਾਓ ਖਾਓ, ਕੈਸਾ ਲਗਾ ਟੇਸਟ, ਇੱਕ ਨੰਬਰ ਕੇ ਦੋ ਨੰਬਰ, ਮੈਂ ਨਹੀਂ ਖਾਣੀ। ਤੋ ਬਾਰਿਸ਼ ਦੀ ਵਜ੍ਹਾ ਨਾਲ ਨਾ ਇੱਥੇ ਚਿੱਕੜ ਜਿਹਾ ਬੜਾ ਹੋ ਜਾਂਦਾ ਯਾਰ, ਇਹਨਾਂ ਨੂੰ ਸੋਚਣਾ ਚਾਹੀਦਾ ਕੁਛ ਹੈ ਨਾ। ਮੈਂ ਕਿਹਾ ਚਿੱਕੜ ਦਾ ਇਹਨਾਂ ਨੂੰ ਕੁਛ ਸੋਚਣਾ ਚਾਹੀਦਾ ਸੀ। ਇਹ ਹਾਲੇ ਵੀ ਨਾਲੀਆਂ ਵਾਲਾ ਪਾਣੀ ਹੈਗਾ ਤੇ 4-5 ਸਾਲ ਪੁਰਾਣਾ। ਸੋ ਹੁਣ ਅਸੀਂ ਜਾ ਰਹੇ ਹਾਂ ਸ਼ਾਮ ਕੁੰਡ, 3 ਦਿਨ ਹੋ ਗਏ ਸੀ ਅੱਜ, 3 ਦਿਨ ਹੋ ਗਏ ਨਾ ਸਾਨੂੰ, 3 ਦਿਨ ਹੋ ਗਏ ਸ਼ਾਮ ਕੁੰਡ ਨਹੀਂ ਸੀ ਆਏ, ਅਤੇ ਹੁਣ ਸ਼ਾਮ ਕੁੰਡ ਜਾ ਰਹੇ ਹਾਂ ਅਤੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਵੀ ਨਾਲੇ। ਬਾਹਰ ਆ ਕੇ ਵੀ 18 ਮਿਸ ਕਾਲਾਂ, ਕੀ ਕਰੇ ਬੰਦਾ ਯਾਰ, ਕੀ ਦੱਸਾਂ। ਚਲੋ ਮੰਦਿਰ ਪਹੁੰਚ ਗਏ, ਕਰੀਏ ਦਰਸ਼ਨ ਅਤੇ ਫਿਰ ਕਰਦੇ ਹਾਂ। ਸੋ ਆ ਰਿਹਾ ਪ੍ਰਾਚੀਨ ਸ਼ਾਮ ਕੁੰਡ, ਉਹ ਨੀਚੇ ਆ। ਮੰਮੀ ਕਿੱਥੇ ਰਹਿ ਗਈ ਆ ਵੇਖੋ। ਯਾ ਮੰਮਾ ਪੌੜੀ ਬੜੀ ਉੱਚੀ ਭਰਾਵਾ ਇਹਨਾਂ ਦੀ। ਸੋ ਕਰੋ ਦਰਸ਼ਨ। Thank you.
ਮੰਮੀ ਥੱਕ ਗਈ ਹੁਣ ਆ ਗਏ ਆਪਾਂ ਦੂਸਰੇ ਸ਼ਾਮ ਕੁੰਡ ਚਲੀਏ ਅੰਦਰ ਉਹ ਧੁੱਪ ਆ ਗਈ ਡੈਡੀ ਬੱਦਲ ਵੀ ਆ ਗਿਆ ਧੁੱਪ ਵੀ ਆ ਗਈ ਬਾਕੀ ਚੱਲਦੇ ਆ ਅੰਦਰ ਸਵਾਰਿਆ ਸ਼ਾਮ ਕੁੰਡ ਚਲੀਏ ਅੰਦਰ ਸੋ ਬੱਦਲ ਚੈੱਕ ਕਰੋ ਅਤੇ ਸ਼ਾਮ ਕੁੰਡ ਵੀ ਚੈੱਕ ਕਰੋ ਸੋ ਹੁਣ ਡੈਡੀ ਲੈਣ ਗਏ ਆ ਸਵਾ ਮਨੀ ਮਿਸ਼ਟਨ ਭੰਡਾਰ ਇਹ ਉਹ ਹੁੰਦੇ ਆ ਕੀ ਲੈਂਦੇ ਨੇ ਕੀ ਕਹਿੰਦੇ ਯਾਰ ਚੇਤਾ ਹੀ ਭੁੱਲ ਗਿਆ ਕੀ ਲੈਣ ਗਿਆ ਡੈਡੀ ਪੇੜੇ ਉਹਨੂੰ ਪੇੜੇ ਕਹਿੰਦੇ ਆ ਥੋੜ੍ਹੇ ਜਿਹੇ ਮੈਂ ਚੱਲ ਟੇਸਟ ਕਰੀਏ ਖਾਈਏ ਲੈਂਦੇ ਸਵਾ ਰਿਹਾ ਪੇੜਾ ਪੰਜਾਬਾਂ ਦੇ ਦੋ ਦਿੱਤੇ ਦੋ ਜੀ ਸਾਹਮਣੇ ਜ਼ਰੂਰ ਖਾ ਕੇ ਦੇਖਿਓ